लो जी भाई जी अज खड़े हैं लौंगोवाल बकरा मंडी दे विच तां जगदीप भाई ने देख सकते भाई जी पत्थर चक्कर के मेरे मारन वास्ते ना भाई मारना नहीं मैं मारूंगा तेरे मारना नहीं मारा जी हाँ नून बेच आ गए नून बेच लग गया भाई जगदीप भाई हुण ठीक है जी की हाल चाल है सत श्री अकाल भाई जी सारे ही बकरी पालक वीरां नूं हाँ जी बहुत बहुत श्री गुरुपुरब दियां जो मुबारक ने क्योंकि उस तो पहला पहले गल करिए ये पत्थर जो तुहानू दिस रहा है हाँ जी ये पत्थर नहीं है नमक नमक ठीक है आप खड़े हाँ नमक की दुकान से सही गल है जी ये जिहड़ा नमक है सर्दियों के आप लौंगोवाल बकरा मंडी के खड़े हो तुम देख सकते हो मंडी च आया मंडी के हाँ मंडी 3-13-26 लगती है बकरियों की मंडी हाँ जी हर 3-13-26 ये तरीक हैगी ਤੁਸੀਂ ਇਸ ਮੰਡੀ ਤੋਂ ਪੱਠਾਂ ਬੱਕਰੇ ਮੇਮਣੇ ਸਰਦੀਆਂ ਆ ਗਈਆਂ ਠੀਕ ਹੈ ਜੀ ਖੱਸੀ ਬੱਕਰੇ ਤਿਆਰ ਕਰੋ ਮੂਹਰੇ ਕੁਰਬਾਨੀ ਆ ਰਹੀ ਆ ਹਾਂਜੀ ਹੈ ਨਾ ਤੁਸੀਂ ਯਾਨੀ ਕਿ ਆਹ ਸੀਜ਼ਨ ਹੈਗਾ ਸੀਜ਼ਨ ਦੇ ਵਿੱਚ ਦੇਣਾ ਲੈਣਾ ਹੁੰਦਾ ਬਾਹਲੇ ਭਰਾਵਾਂ ਨੇ ਸਹੀ ਗੱਲ 2 ਰੁਪਏ ਵੱਟਣੇ ਹੁੰਦੇ ਆ ਥੋੜ੍ਹੇ ਭਾਅ 'ਚ ਮਿਲਦੇ ਆ ਭਾਅ 'ਚ ਮਿਲ ਜਾਂਦਾ ਭਾਅ 'ਚ ਮਿਲਦੇ ਆ ਠੀਕ ਹੈ ਜੀ ਇਸ ਕਰਕੇ ਸੱਜਣ ਤੁਸੀਂ ਲੌਂਗੋਵਾਲ ਬੱਕਰਾ ਮੰਡੀ 'ਤੇ ਆਓ ਹਾਕਮ ਬਾਈ ਦੀਆਂ ਖੁਰਲੀਆਂ ਮਸ਼ਹੂਰ ਨੇ ਉਹ ਵੀ ਲੈ ਕੇ ਜਾਓ ਠੀਕ ਹੈ ਜੀ ਠੀਕ ਹੈ ਅਤੇ ਨਾਲ ਨਮਕ ਦੀ ਗੱਲ ਕਰੀਏ ਜੀ ਆਪਾਂ ਇਹ ਇੱਕ ਆਇਓਡੀਨ ਦਾ ਬਹੁਤ ਵੱਡਾ ਸੋਰਸ ਆ ਠੀਕ ਹੈ ਜੀ ਜਿੰਨੀਆਂ ਬੱਕਰੀਆਂ ਅੱਜ ਕੱਲ੍ਹ ਖੰਘ ਹੁੰਦੀ ਆ ਜ਼ੁਕਾਮ ਹੁੰਦਾ ਨਜ਼ਲਾ ਹੁੰਦਾ ਉਹਦਾ ਖੰਘ ਦੀ ਦਵਾਈ ਵੀ ਤਿਆਰ ਕਰੀ ਆਪਾਂ ਸਾਰੇ ਸੱਜਣਾਂ ਨੂੰ ਪਤਾ ਠੀਕ ਪਰ ਮਿਹਨਤੀ ਵਾਲੀ ਗੱਲ ਵੀ ਟੀਕਿਆਂ 'ਚ ਨਾ ਜਾਓ ਜ਼ਿਆਦਾ ਠੀਕ ਆ ਠੀਕ ਆ ਜ਼ਿਆਦੇ ਵੈਕਸੀਨੇਸ਼ਨਾਂ 'ਚ ਨਾ ਵੜੋ ਜ਼ਿਆਦੇ ਤੁਸੀਂ ਇਹ ਪੀ ਪੀ ਆਰ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਵੀ ਪੀ ਪੀ ਆਰ ਖੰਘ ਤੋਂ ਸ਼ੁਰੂ ਹੁੰਦੀ ਆ ਖੰਘ ਤੋਂ ਸ਼ੁਰੂ ਹੁੰਦੀ ਆ ਖੰਘ ਜ਼ੁਕਾਮ ਤੋਂ ਸ਼ੁਰੂ ਹੁੰਦੀ ਆ ਪੀ ਪੀ ਆਰ ਹਾਂਜੀ ਪੀ ਪੀ ਆਰ ਇਹ ਨਹੀਂ ਹੈਗਾ ਵੀ ਕੋਈ ਡਾਇਰੈਕਟ ਤੁਹਾਡੇ ਫਾਰਮ 'ਤੇ ਆ ਜੀ ਹਾਂਜੀ ਇਸ ਲਈ ਸਾਰੇ ਸੱਜਣ ਆ ਨਮਕ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਨਾਲੇ ਵਾਲਾ ਹੋਵੇ ਨਾ ਨਮਕ ਨਾਲੇ ਵਾਲਾ ਨਮਕ ਹੋਵੇ ਦੂਜਾ ਨਾ ਹੋਵੇ ਪੀਸਿਆ ਹੋਇਆ ਹਾਂ ਪੀਸਿਆ ਹੋਇਆ ਨਾ ਹੋਵੇ ਠੀਕ ਹੈ ਜੀ ਇਦਾਂ ਦੇ ਤੁਸੀਂ ਫਾਰਮ 'ਚ ਗਲੀ ਕੱਢ ਕੇ ਰੱਖ ਦਿਓ ਤੁਸੀਂ ਇਹ ਨਮਕ ਨੂੰ ਯੂਜ਼ ਕਰ ਸਕਦੇ ਹੋ ਪੂਰੇ ਘੈਂਟ ਤਰੀਕੇ ਨਾਲ ਠੀਕ ਹੈ ਜੀ ਆ ਜਾਓ ਬਾਈ ਜੀ ਠੀਕ ਹੈ ਕਿੰਨੇ ਰੁਪਏ ਕਿਲੋ ਹੈ 40 ਰੁਪਏ 40 ਰੁਪਏ ਕਿਲੋ ਆ ਬਾਈ ਦੇਖ ਸਕਦੇ ਹੋ ਚਲੋ ਮੰਡੀ ਚੱਲਦਾ ਦੁਬਾਰੇ ਹੌਲੀ ਬੋਲਦਾ ਸੁਣੂਗਾ ਤਾਂ ਸਾਰਿਆਂ ਨੂੰ ਹਾਂਜੀ ਠੀਕ ਹੈ ਕੈਮਰੇ 'ਚ ਐ ਹੁੰਦਾ ਬਾਈ ਹਰੇਕ ਬੰਦੇ ਨੇ ਦੇਣਾ ਲੈਣਾ ਹੁੰਦਾ ਅੱਜ ਕੱਲ ਉੱਤਰ ਧਾਰ ਹੁੰਦੀ ਆ ਠੀਕ ਆ ਇਸ ਲਈ ਕੋਈ ਮੇਮਣੇ ਤੁਹਾਨੂੰ ਸਸਤੇ ਮਿਲਣਗੇ ਸਸਤੇ ਮਿਲਣਗੇ ਹਾਂ ਠੀਕ ਆ ਖੱਸੀ ਬੱਕਰੇ ਪਾਲਣ ਵਾਸਤੇ ਜਿਵੇਂ ਠੀਕ ਆ ਇਹ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਆ ਦੇ ਆਹ ਆਪਣਾ ਸੇਖਾ ਬਾਈ ਲੈ ਕੇ ਆਇਆ ਸੇਖਾ ਬਾਈ ਕੀ ਹਾਲ ਹੈ ਠੀਕ ਆ ਕਾਲਾ ਬਾਈ ਠੀਕ ਆ ਦੇ ਐਡੇ ਐਡੇ ਮੇਮਣੇ ਦੋ ਦੋ ਢਾਈ ਢਾਈ ਮਹੀਨਿਆਂ ਦੇ ਮੇਮਣੇ ਤੁਸੀਂ ਇਹਨਾਂ ਨੂੰ ਇਹ ਮਤਲਬ ਕਿ ਖਰੀਦੋ ਆ ਦੇ ਕਿੰਨੇ ਸੋਹਣੇ ਮੇਮਣੇ ਸਹੀ ਗੱਲ ਹੈ ਪੂਰੇ ਕੁਰਬਾਨੀ ਤੱਕ ਇਹਨਾਂ ਨੂੰ ਤਿਆਰ ਕਰੋ ਠੀਕ ਆ ਠੀਕ ਆ ਆਹ ਸਾਈਜ਼ ਲੈ ਲਓ ਉਦੋਂ ਵੀ ਘੈਂਟ ਆ ਆਹ ਸਾਈਜ਼ ਆਹ ਸਾਈਜ਼ ਠੀਕ ਆ ਵੀ ਤੁਹਾਡਾ ਵਧੀਆ ਪਾਲਣ ਦੇ ਯੋਗ ਹੈ ਠੀਕ ਆ ਇਹ ਮਤਲਬ ਵੀ ਆਉਣ ਵਾਲਾ ਸੈੱਟ ਪਾਲ ਸਕਦੇ ਹੋ ਤੁਸੀਂ ਠੀਕ ਹੈ ਜੀ ਜਿਹਨੇ ਮਤਲਬ ਵੀ ਇਕੱਲੇ ਖੱਸੀ ਬੱਕਰਿਆਂ ਦੇ ਕੰਮ ਕਰਨਾ ਉਹਦੇ ਲਈ ਖੱਸੀ ਬੱਕਰਿਆਂ ਜਿਹੜੇ ਮਤਲਬ ਛੋਟੀਆਂ ਪੱਠਾਂ ਦੇ ਬਰੀਡਿੰਗ ਵਾਸਤੇ ਕੰਮ ਕਰਨਾ ਠੀਕ ਆ ਕਿਉਂਕਿ ਆਪਾਂ ਦੇ ਅੱਜ ਕੱਲ੍ਹ ਦੇ ਜਿਹੜੇ ਕਿਸਾਨ ਹੈ ਹਾਂਜੀ ਕੋਈ ਤਾਂ 2 ਕਿੱਲੇ ਠੇਕੇ ਦੇ ਲਊ ਕੋਈ 5 ਕਿੱਲੇ ਠੇਕੇ ਦੇ ਲਊ ਹਾਂਜੀ ਉਹ ਅਗਲੇ ਸਾਲ ਫਿਰ ਠੇਕੇ ਦੇ ਲੈਣੇ ਪੈਣਗੇ ਠੇਕੇ ਲੈਣੇ ਪੈਣਗੇ ਲੈਣੇ ਪੈਣਗੇ ਕਿ ਨਹੀਂ ਹਾਂਜੀ ਪਰ ਜਿਹੜਾ ਇੱਕ ਵਾਰੀ ਇੱਥੋਂ ਤੁਸੀਂ ਪਸ਼ੂ ਖਰੀਦ ਲਿਆ ਉਹ ਤੁਹਾਡੀ ਆਪਣੀ ਜ਼ਮੀਨ ਆ ਆਪਣੀ ਜ਼ਮੀਨ ਆ ਠੀਕ ਆ ਉਹ ਬਾਰ ਬਾਰ ਠੇਕੇ ਤੇ ਲੈਣੀ ਪੈਣੀ ਇਹਦੇ ਵਿੱਚੋਂ ਹੀ ਕਮਾਈ ਆਉਣ ਲੱਗ ਜੂ ਵਿੱਚੋਂ ਹੀ ਕਮਾਈ ਆਉਣ ਲੱਗ ਜਾਣਾ ਠੀਕ ਆ ਜੀ ਠੀਕ ਇਸ ਲਈ ਬੱਕਰੇ ਖਰੀਦੀ ਅਜੇ ਆਹ ਬੱਕਰੀਆਂ ਸਪੋਜ਼ ਕਰ ਲਓ ਇਹ ਬੱਕਰੀਆਂ ਆਹ ਬੱਕਰੀਆਂ ਨੇ ਆਹ ਇਹਨਾਂ ਦੀ ਫਸਲ ਆ ਹਾਂ ਆਹ ਕੀ ਫਸਲ ਇਹਨਾਂ ਦੀ ਆਹ ਇਹਨਾਂ ਦੀ ਫਸਲ ਹੈ ਠੀਕ ਹੈ ਇਹ ਇੱਕ ਵਾਰੀ ਲੈ ਲੈ ਫਿਰ 8-10 ਸਾਲ ਠੇਕੇ ਤੇ ਲੈਣ ਦੀ ਇਹ ਤੋਂ ਲੈਣ ਦੀ ਲੋੜ ਹੀ ਨਹੀਂ ਦੁਬਾਰੇ ਤਾਂ ਫਿਰ ਇਸੇ ਫਸਲ ਨੇ ਆਪਣੇ ਆਪ ਹੀ ਕਮਾਈ ਦੇਣੀ ਕਮਾਈ ਦੇਈ ਜਾਣੀ ਸੀਰੀਅਸ ਹੋ ਕੇ ਕੰਮ ਕਰੋ ਵਧੀਆ ਸਿੱਖ ਕੇ ਕੰਮ ਕਰੋ ਪੂਰੇ ਘੈਂਟ ਤਰੀਕੇ ਨਾਲ ਕੰਮ ਕਰੋ ਠੀਕ ਹੈ ਜੀ ਸਵਾਲ ਹੀ ਨਹੀਂ ਵੀ ਫੇਲ ਹੋ ਜਾਓਗੇ ਤੁਸੀਂ ਠੀਕ ਹੈ ਜੀ ਲੋਨਾਂ ਦੇ ਚੱਕਰਾਂ 'ਚ ਨਾ ਪਾਓ ਠੀਕ ਆ ਕਰਜ਼ੇ ਤੋਂ ਤਾਂ ਪਹਿਲਾਂ ਹੀ ਆਪਾਂ ਮੁਕਤ ਹੋਣ ਨੂੰ ਫਿਰਦੇ ਹਾਂ ਠੀਕ ਹੈ ਮੇਰਾ ਤਾਂ ਵੀ ਨਹੀਂ ਲੋਨ ਹੈ ਜੀ ਨਾ ਲੋਨ ਮਿਲੇ ਅੱਜ ਉਹਨੇ ਨਾ ਇੱਕ ਬਾਈ ਆਇਆ ਹੋਇਆਗਾ ਕਹਿੰਦਾ ਮੈਂ 10 ਵਾਰੀ ਫਾਈਲ ਅਪਲਾਈ ਕਰਤੀ ਹਾਂ ਲੋਨ ਨਹੀਂ ਮਿਲਿਆ ਕਹਿੰਦਾ ਲੋਨ ਨਹੀਂ ਮਿਲ ਦੇਖੋ ਮੈਂ ਇੱਕ ਗੱਲ ਦੀ ਗਰੰਟੀ ਦਿੰਦਾ ਹਾਂ ਜਿੰਨੇ ਸੱਜਣ ਵੀਡੀਓ ਦੇਖ ਰਹੇ ਨੇ ਹਾਂਜੀ ਲੋਨ
जे तुसी ऐ कहोगे भी आपां बकरी पालन करना है रै करन तो पहला लोन नहीं मिलता पहला फार्म करना पऊ फिर लोन मिलू फिर लोन मिलूगा ठीक है ये नहीं हैगा भी तुसी जाके बैंक नूं कह दो कि सानूं 5 लाख दे दो ठीक है जी असीं बकरियां लियाउणियां ऐ कोई बैंक नहीं पैसे दे ठीक है खर्चने पैणगे पहला बिल्कुल पहला उहनूं इनवैसटमेंट करो लख तो 2 लख तो हां जी मैं तां ये गल कहना सज्जणा नूं भी जे तुसी एक बार गिनती नाल फार्म दे च 15 बकरियां कर लो हाँ जी थोनू मुड़ के लोन लैण दी लोड़ ही नहीं गरंटी है मेरी ठीक है जी ठीक है लोन वाले झांसे च बड़ोगे ਤਾਂ ਉਹਦੀ ਕਿਸ਼ਤ ਮਹੀਨੇ ਬਾਅਦ ਖੜੀ ਰਹੂ ਸਹੀ ਗੱਲ ਆ ਤਾਂ ਉਦੋਂ ਵੀ ਟੈਨਸ਼ਨ ਆ ਸਹੀ ਗੱਲ ਘਾਟਾ ਵਾਧਾ ਸਾਰਾ ਆਪਦਾ ਹੈਗਾ ਸਹੀ ਗੱਲ ਆ ਕਮਾਈ ਆਉਂਦੀ ਸਿੱਖ ਕੇ ਜ਼ਰੂਰ ਕਰੋ ਟ੍ਰੇਨਿੰਗ ਲੈ ਕੇ ਜ਼ਰੂਰ ਕਰੋ ਕੰਮ ਮੈਂ ਇਹ ਨਹੀਂ ਕਹਿੰਦਾ ਵੀ ਟ੍ਰੇਨਿੰਗ ਨਾ ਲਓ ਠੀਕ ਹੈ ਕਿੱਥੋਂ ਮਰਜ਼ੀ ਟ੍ਰੇਨਿੰਗ ਲਓ ਪਰ ਲੋਨ ਦੀ ਰਾਇ ਅਸੀਂ ਨਹੀਂ ਦਿੰਦੇ ਜਦੋਂ ਆਪਾਂ ਇੱਕ ਵਾਰ ਬੱਕਰੀਆਂ ਲੈ ਲਈਆਂ ਹਾਂ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਕਮਾਈ ਕਦੋਂ ਆਊਗੀ ਉਦੋਂ ਬਾਅਦ ਤੁਹਾਨੂੰ ਸਿਸਟਮ ਦੇ ਹਿਸਾਬ ਨਾਲ ਹੈ ਜੀ ਛੋਟੇ ਜਾਨਵਰ ਲਓਗੇ ਤਾਂ 1.5 ਸਾਲ ਬਾਅਦ ਕਮਾਈ ਆਊ 1.5 ਸਾਲ ਬਾਅਦ ਆਊ ਜੇ ਵੱਡੀਆਂ ਬੱਕਰੀਆਂ ਸਵਾਂਦਣ ਦਓਗੇ ਤਾਂ 6 ਮਹੀਨੇ ਬਾਅਦ ਕਮਾਈ ਆਊ 6 ਮਹੀਨੇ ਬਾਅਦ ਆਊਗੀ ਇਹ ਸਰਕਲ ਹੈਗਾ ਠੀਕ ਹੈ ਜੀ ਕਿਸ਼ਤ 6 ਮਹੀਨੇ ਆਊਗੀ ਹਾਂ ਛੋਟੇ ਦੇ ਮਤਲਬ ਕਿ ਵੀ ਸਰਕਲ ਤੁਹਾਡੇ ਤੇ ਡਿਪੈਂਡ ਕਰਦਾ ਵੀ ਜਿੰਨਾ ਤੁਸੀਂ ਸਬਰ ਕਰ ਲਓਗੇ ਹਾਂਜੀ ਉਨੀ ਹੀ ਤੁਸੀਂ ਕਮਾਈ ਕਰ ਲਓ ਉਨੀ ਕਮਾਈ ਕਰ ਲਓ ਹਨਾ ਜਿਹੜੇ ਸੱਜਣ ਸਬਰ ਨਹੀਂ ਨਾ ਕਰਦੇ ਕੱਲੀਆਂ ਵੀਡੀਓ ਦੇਖ ਕੇ ਜੋ ਕਰਕੇ ਬੱਕਰੀਆਂ ਖਰੀਦ ਉਹੀ ਫੇਲ ਹੁੰਦੇ ਨੇ ਠੀਕ ਹੈ ਜੀ ਮੇਮਣਾ ਕਿੱਡਾ ਵੱਡਾ ਖਰੀਦੀਏ 3 ਤੋਂ 4 ਮਹੀਨਿਆਂ ਦਾ ਬੱਚਾ ਸ਼ੁਰੂ ਕਰੋ ਘੱਟੋ ਘੱਟ ਹਾਂ ਠੀਕ ਹੈ 8 ਤੋਂ 10 ਮਹੀਨਿਆਂ ਦਾ ਜਾਂ 10 ਤੋਂ 12 ਮਹੀਨਿਆਂ ਦੀ ਪੱਠ ਅੱਡੋ ਅੱਡੀ ਸਟਾਈਲ ਦੇ ਉਹ ਏਜ ਗਰੁੱਪ ਦੇ ਹਿਸਾਬ ਨਾਲ ਫੀਸ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਸੇ ਲਈ ਲੰਗੋਵਾਲ ਮੰਡੀ ਆਓ ਸਾਰੇ ਆਪਣੇ ਆਪਣੇ ਪ੍ਰੋਡਕਟ ਲੈ ਕੇ ਆਓ ਠੀਕ ਹੈ ਜਿਵੇਂ ਆਪਣੇ ਕੋਲ ਦੇਖੋ ਕਿੰਨੇ ਵਧੀਏ ਇੱਕ ਚੀਜ਼ ਦਾ ਸੁਨੇਹਾ ਤੁਹਾਨੂੰ ਦੇਣਾ ਚਾਹੁੰਦਾ ਸਾਰੇ ਸੱਜਣਾ ਨੂੰ ਜਿੰਨੇ ਮੇਰੀ ਵੀਡੀਓ ਦੇਖਦੇ ਆ ਜੇ ਜ਼ਹਿਰਾਂ ਤੋਂ ਬਚਣਾ ਹੈ ਹਾਂਜੀ ਜੇ ਸਚਾਈ ਨਾਲ ਸਾਫ਼ ਸੁਥਰੀਆਂ ਚੀਜ਼ਾਂ ਖਾਣੀਆਂ ਤਾਂ ਆਪਣੇ ਕਿਸਾਨਾਂ ਤੋਂ ਚੀਜ਼ ਲਓ ਸਹੀ ਗੱਲ ਹੈ ਹਨਾ ਠੀਕ ਹੈ ਨਾ ਹਾਂ ਮਤਲਬ ਕਿ ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਮਾੜੇ ਹੁੰਦੇ ਆ ਪਰ ਆਪਣੇ ਇੰਨਾ ਕੋਈ ਗਰੰਟੀ ਹੈਗੀ ਵੀ ਆਹ ਜਿਹੜੀ ਚੀਜ਼ ਪਈ ਹੈ 100% ਸਹੀ ਆ ਠੀਕ ਹੈ ਜੀ ਠੀਕ ਹੈ ਠੀਕ ਆ ਇਦਾਂ ਦੀਆਂ ਚੀਜ਼ਾਂ ਤੁਸੀਂ ਸ਼ਾਇਦ ਹੈ ਪਰ ਆਇਆ ਵੀ ਸਰਕਾਰਾਂ ਜਾਂ ਨਾ ਲੋਕ ਜੇ ਰੇਟ ਮੰਗ ਲਈ ਨਾ ਰੇਟ ਨਹੀਂ ਦਿੰਦੇ ਸਮਝ ਤਾਂ ਗੱਲ ਹੈ ਪਰ ਇਹਨਾਂ ਦੀ ਕਦਰ ਕਰੋ ਇਹਨਾਂ ਦੀ ਕਦਰ ਕਰੋਗੇ ਤਾਂ ਇਹ ਚੀਜ਼ਾਂ ਨਾਲ ਧੰਦੇ ਆ ਜਿਹੜੇ ਬੱਕਰੀ ਬਾਲ ਕਹਿੰਦੇ ਹੁਣ ਅਸੀਂ ਬਰਫੀ ਤਿਆਰ ਕਰੀ ਆ ਠੀਕ ਹੈ ਜੀ ਠੀਕ ਹੈ ਮਟਨ ਤਿਆਰ ਕਰਿਆ ਉਹਦੀ ਸਾਬਣ ਤਿਆਰ ਕਰੀਆ ਦੁੱਧ ਕਿੰਨਾ ਗੁਣਕਾਰੀ ਆ ਸਹੀ ਗੱਲ ਆ ਉਸੇ ਲਈ ਬਾਈ ਨੇ ਮੱਖੀਆਂ ਤੋਂ ਸ਼ਹਿਦ ਤਿਆਰ ਕਰਿਆ ਠੀਕ ਆ ਇਹ ਕੀ ਹੈ ਜੀ ਸ਼ੂਗਰ ਵਾਸਤੇ ਮਨ ਜਿਵੇਂ ਜਿਹੜੇ ਮਨ ਮੁੰਡੇ ਬੋਡੀ ਲਾਉਂਦੇ ਆ 1 ਮਿੰਟ ਜੀ ਹਾਂ ਆ ਬਾਪੂ ਜੀ ਨਾਲ ਗੱਲ ਕਰੋ ਤੇ ਮੈਂ ਤਾਂ ਇੱਕ ਗੱਲ ਕਹਿਣਾ ਦੇਖੋ ਵੀ ਜਿਹੜਾ ਇਹਨਾਂ ਦੀ ਪਰਸਨੈਲਿਟੀ ਆ ਬੜੀ ਸਾਫ਼ ਸੁਥਰੀ ਜੀ ਪਰਸਨੈਲਿਟੀ ਆ ਠੀਕ ਆ ਜੀ ਵੀਡੀਓ ਸੁਣਨ ਤੋਂ ਪਹਿਲਾਂ ਵੀ ਜ਼ਰੂਰ ਯਾਰ ਮੌਕਾ ਦਿਓ ਸਹੀ ਗੱਲ ਹੈ ਇਦਾਂ ਦੇ ਕਿਸਾਨਾਂ ਨੂੰ ਫੇਰ ਕਿਸਾਨੀ ਅੱਗੇ ਆਓ ਠੀਕ ਹੈ ਜੀ ਨੰਬਰ ਦੇਵਾਂਗੇ ਆਪਾਂ ਹਾਂ ਨੰਬਰ ਜ਼ਰੂਰ ਦਿਓ ਬਾਈ ਦਾ ਸ਼ੋਰੂਮਾਂ 'ਚ ਨਾ ਵੜੋ ਸ਼ੋਰੂਮਾਂ ਨਾਲੋਂ ਜਰਾ ਇਹ ਆਮ ਚੀਜ਼ਾਂ ਨੂੰ ਖਰੀਦੋ ਸਹੀ ਗੱਲ ਹੈ ਆਪਾਂ ਚਲੋ ਆਪਾਂ ਫਿਰ ਨਾ ਗੱਲਬਾਤ ਕਰ ਦਿਆਂਗੇ ਪਹਿਲਾਂ ਆਹ ਚੀਜ਼ ਬਾਰੇ ਗੱਲਬਾਤ ਕਰ ਦਿਆਂਗੇ ਜਿਹੜੀ ਆਮ ਆ ਗਈ ਨਾ ਇਹਦੇ ਬਾਰੇ ਦੱਸੋ ਪਹਿਲਾਂ ਜੀ ਸਹਿਦ ਬਾਰੇ ਜੀ ਜੀ ਆਪਾਂ 2003 ਤੋਂ ਆਪਦਾ ਖੁਦ ਕੰਮ ਕਰ ਰਹੇ ਹਾਂ ਠੀਕ ਹੈ ਜੀ ਕਿਹੜਾ ਪਿੰਡ ਹੈ ਆਪਣਾ ਆਪਣਾ ਪਿੰਡ ਤਨੌਲੇ ਦੇ ਨਾਲ ਜਵੰਦਾ ਪਿੰਡੀ ਪਿੰਡ ਹੈ ਤਨੌਲੇ ਦੇ ਨਾਲ ਹੀ ਠੀਕ ਹੈ ਜੀ ਆਪਾਂ ਨੂੰ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈਆਂ ਮੈਨਾਂ ਜੀ ਆਪਾਂ ਨੂੰ ਸਾਰੀਆਂ ਮਨ ਯੂਨੀਵਰਸਿਟੀ ਨੇ ਪ੍ਰਮਾਣਿਤ ਕੀਤਾ ਹੋਇਆ ਜੀ ਠੀਕ ਹੈ ਜੀ ਪਿਓਰ ਆ ਜਮਾ ਇਹ ਜਮਾ ਇੱਕ ਨੰਬਰ ਗਾਰੰਟੀ ਹੋਊਗੀ ਬੈਠੇ ਆ ਆਪਾਂ ਜੇ ਠੀਕ ਹੈ ਖੰਡ ਖੁੰਡ ਤਾਂ ਨਹੀਂ ਹੋਊਗੀ ਮਤਲਬ ਹੀ ਨਹੀਂ ਹੈਗਾ ਜੀ ਮਤਲਬ ਨਹੀਂ ਹੈਗਾ ਜੀ ਠੀਕ ਹੈ ਜੀ ਜਿਹੜਾ ਕਿ ਮੰਨ ਕੇ ਹੈ ਨਾ ਵਿੱਚ ਚੈਂਦਰ ਕਹਿ ਰਹੇ ਨੇ ਵੀ ਜਿਹੜਾ ਸਹਿਜ ਜੰਮ ਜਾਂਦਾ ਜੀ ਉਹ ਨਕਲੀ ਹੁੰਦਾਗਾ ਅੱਛਾ ਜੀ ਆਪਣੀ ਇਹ ਗਾਰੰਟੀ ਆ ਜੀ ਜਿਹੜਾ ਸਹਿਜ ਜੰਮੂਗਾ ਉਹ ਅਸਲੀ ਹੁੰਦਾ ਇਹਦੇ ਵਿੱਚ ਹਲੇ ਕੁਛ ਨਾ ਕੁਛ ਹੋ ਸਕਦਾ ਜੀ ਠੀਕ ਹੈ ਜਿਵੇਂ ਕਿ ਕੰਪਨੀਆਂ ਦੇ ਸਹਿਜ ਆ ਰਹੇ ਨੇ ਬਾਜ਼ਾਰਾਂ ਦੇ ਵਿੱਚ ਧੜਾ ਧੜ ਉਹਦੇ ਵਿੱਚ ਸਿਰਫ ਤੇ ਕੌਣ ਦਾ ਵੀ ਮਿਲਾ ਸਕਦੇ ਨੇ ਉਹ ਠੀਕ ਹੈ ਜੀ ਪਰ ਜਿਹੜਾ ਆਪਣਾ ਬੀ ਕੀਪਰਾਂ ਕੋਲੇ ਸ਼ਹਿਦ ਹੋਊਗਾ ਜੀ ਉਹਦੀ ਗਾਰੰਟੀ ਹੋ ਜਿਹੜੇ ਵੀ ਕਿਸੇ ਵੀਰ ਨੇ ਸ਼ਹਿਦ ਲੈਣਾ ਜਾਂ ਪੋਲਣ ਲੈਣਾ ਠੀਕ ਹੈ ਜੀ ਉਹ ਮੱਖੀ ਪਾਲਕਾਂ ਤੋਂ ਹੀ ਖਰੀਦਣਾ ਜੀ ਠੀਕ ਹੈ ਰੇਟ ਕੀ ਆਪਣੇ ਇਹਦਾ ਸ਼ਹਿਦ ਵੀਰੇ ਆਪਣਾ 1 ਗ੍ਰਾਮ ਮਨ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਆਪਣੇ ਕੋਲ ਪੈਕਿੰਗ ਪਈ ਆ ਵੀਰੇ ਠੀਕ ਹੈ ਜੀ ਆਹ ਕਿੰਨੇ ਰੁਪਏ ਦੀ ਪੈਕਿੰਗ ਹੈ ਇਹ ਆਪਣੀ ਪਾਈਆ ਦੀ ਪੈਕਿੰਗ 150 ਰੁਪਏ ਦੀ ਹੈ ਜੀ 150 ਰੁਪਏ ਤੇ ਆਹ ਜਿਹੜੀ ਵੱਡੀ ਹੈ ਜੀ 1 ਕਿਲੋ ਦੀ ਪੈਕਿੰਗ ਹੈ ਵੀਰੇ 500 ਰੁਪਏ ਦੀ 500 ਰੁਪਏ ਕਿਲੋ ਹਾਂਜੀ ਆਪਣੀ ਐਫਐਸ ਨੰਬਰ ਹੈਗਾ ਜੀ ਇਹਦੇ ਸਰਕਾਰ ਵੱਲੋਂ ਮੈਨੂੰ ਮਿਲਿਆ ਹੋਇਆ ਜੀ ਠੀਕ ਹੈ ਜੀ ਲਓ ਬਈ ਦੇਖ ਸਕਦੇ ਹੋ ਕਿ ਮਾਨਤਾ ਪ੍ਰਾਪਤ ਆ ਜਾਣੀ ਕਿ ਹਾਂਜੀ ਤੇ ਕਾ ਚੀਜ਼ ਆ ਗਈ ਜੀ ਨਵੀਂ ਚੀਜ਼ ਆ ਨਾ ਦੇਖੀ ਵੀ ਨਹੀਂ ਅਜੇ ਤੱਕ ਦੇ ਇਹ ਪਹਿਲੀ ਵਾਰ ਦੇਖੀ ਹੈ ਜੀ ਯੂਨੀਵਰਸਿਟੀ ਨੇ ਵੀਰੇ ਹੁਣੀ ਖੋਜਾਂ ਕਰੀਆਂ ਨੇ ਇਹ ਚੀਜ਼ਾਂ ਤੇ ਠੀਕ ਹੈ ਜੀ ਯਾਨੀ ਕਿ ਜੇ ਬੀ ਪੋਲਣਾ ਜਿਹੜੇ ਫੁੱਲਾਂ ਤੋਂ ਮੱਖੀ ਮਨ ਪੋਲੀਨੇਸ਼ਨ ਕਰਕੇ ਲਈ ਉਹਨਾਂ ਫੁੱਲਾਂ ਤੋਂ ਇਹ ਲੈ ਕੇ ਆਉਂਦੀਆਂ ਮੱਖੀ ਠੀਕ ਹੈ ਜੀ ਮੱਖੀ ਦੇ ਪਰਾਗਣ ਟੋਕਰੀਆਂ ਲੱਗੀਆਂ ਹੁੰਦੀਆਂ ਨੇ ਉਹ ਮੱਖੀ ਇਕੱਠਾ ਕਰਕੇ ਲੈ ਕੇ ਆਉਂਦੀ ਅਸੀਂ ਮਨ ਬਾਕਸਿਆਂ ਦੇ ਅੱਗੇ ਪੋਲਣ ਟ੍ਰੈਪ ਲੱਗ ਜਾਂਦੇ ਨੇ ਠੀਕ ਹੈ ਜਦੋਂ ਮੱਖੀ ਕ੍ਰਾਸ ਕਰਦੀ ਆ
ਉਹਦੇ ਵਿੱਚ ਝੜ ਜਾਂਦਾ ਥੱਲੇ ਟ੍ਰੇਨ ਲੱਗੀਆਂ ਹੁੰਦੀਆਂ ਨੇ ਟ੍ਰੇਨ ਲੱਗੀਆਂ ਉਸ ਤੋਂ ਬਾਅਦ ਆਪਾਂ ਉਸ ਨੂੰ ਪੈਕਿੰਗ ਕਰ ਲੈਨੇ ਹੈਗਾ ਅੱਛਾ ਇਹ ਜਿਵੇਂ ਕਿ ਸ਼ੂਗਰ ਆਈ ਉਹਦੇ ਲਈ ਬਹੁਤ ਵਧੀਆ ਹੈ ਠੀਕ ਹੈ ਜਿਵੇਂ ਜਿਮ ਲਾਉਂਦੇ ਨੇ ਹਨਾ ਮੁੰਡੇ ਪ੍ਰੋਟੈਕਟ ਖਾਂਦੇ ਨੇ ਉਹਨਾਂ ਦੇ ਲਈ ਨੇਚਰਲ ਚੀਜ਼ਾਂ ਨੇ ਜੀ ਠੀਕ ਹੈ ਖਾਣਾ ਕਿਵੇਂ ਇਹ ਜੀ ਇਹ ਇਸ ਤਰ੍ਹਾਂ ਹੀ ਖਾਣਾ ਜੀ ਜਿਵੇਂ ਰੋਟੀ ਖਾਣ ਲਈ ਖਾ ਲਈ ਆਪਣੀ 10 ਮਿੰਟ ਬਾਅਦ ਉਸ ਤੋਂ ਬਾਅਦ ਆਪਾਂ ਨੇ ਖਾਣਾ ਜੀ ਕਿੰਨਾ ਕੀ ਇਹ ਮਨ ਅੱਧਾ ਕੁ ਚਮਚਾ ਤੋਂ ਸ਼ੁਰੂ ਕਰਨਾ ਜੀ ਠੀਕ ਹੈ ਇਹਦੇ ਵਿੱਚ ਬਹੁਤ ਤਾਕਤ ਹੈ ਜੀ ਯਾਨੀ ਕਿ ਬਹੁਤ ਹੀ ਨੇਚਰਲ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਨੇ ਜੀ ਠੀਕ ਹੈ ਰੇਟ ਕੀ ਹੈ ਇਹਦਾ ਜੀ ਇਹਦਾ 1800 ਰੁਪਏ ਕਿਲੋ ਆ ਜੀ ਕਿਲੋ ਦਾ ਰੇਟ 1800 ਰੁਪਏ ਕਿਲੋ ਹਾਂਜੀ ਬਾਈ ਦੇਖ ਸਕਦੇ ਹੋ ਨਾ ਬਹੁਤ ਚੰਗੀ ਚੀਜ਼ ਆ ਜੀ ਠੀਕ ਹੈ ਮਸਾ ਇਕੱਠਾ ਹੁੰਦਾ ਹੋਣਾ ਹਾਂਜੀ ਬਹੁਤ ਔਖਾ ਇਕੱਠਾ ਹੁੰਦਾ ਜੀ ਠੀਕ ਹੈ ਜੀ ਹਾਂਜੀ ਲੋ ਬਈ ਦੇਖ ਸਕਦੇ ਹੋ 1800 ਰੁਪਏ ਕਿਲੋ ਤੇ ਇਹ ਕਿੰਨੇ ਰੁਪਏ ਕਿਲੋ ਇਹ 500 ਰੁਪਏ ਕਿਲੋ ਇਹ 500 ਰੁਪਏ ਕਿਲੋ ਸਹਿਦ ਦੀ ਆਪਣੀ ਗਾਰੰਟੀ ਹੋਵੇ ਸਹਿਦ ਦੀ ਗਾਰੰਟੀ ਹਾਂਜੀ ਨੰਬਰ ਬੋਲ ਦੋ ਇੱਕ ਵਾਰੀ 99699 ਜੀ ਠੀਕ ਹੈ ਜੀ 13720 ਜੀ ਬਾਕੀ ਆ ਕਾਰਡ ਦੇ ਉੱਤੇ ਹੋਣਾ ਨਾ ਨੰਬਰ ਜੇ 5 ਕਿਲੋ ਲੈਣਾ ਹੋਊ ਆਪਾਂ ਹੋਮ ਡਿਲੀਵਰੀ ਵੀ ਕਰ ਦਾਂਗੇ ਕੋਰੀਅਰ ਵੀ ਜਿੱਥੇ ਵੀ ਕਿਸੇ ਨੇ ਬੰਦੇ ਨੇ ਲੈਣਾ ਜਾਂ ਪੋਲਣ ਲੈਣਾ ਜਾਂ ਸਹਿਦ ਲੈਣਾ ਆਪਾਂ ਉੱਥੇ ਤੱਕ ਪਹੁੰਚਾਵਾਂਗੇ ਜੀ ਉੱਥੇ ਤੱਕ ਪਹੁੰਚਾ ਦਾਂਗੇ ਸਹਿਦ ਹੀ ਆਪਣੀ ਬਿਲਕੁਲ ਗਾਰੰਟੀ ਹੋਈ ਠੀਕ ਹੈ ਜੀ ਪਿਓਰ ਦੀ ਗਾਰੰਟੀ ਹੈ ਹਾਂਜੀ ਹਾਂਜੀ ਲਓ ਜੀ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਪ੍ਰੋਡਕਟ ਖਰੀਦਣੇ ਹੋਣ ਤਾਂ ਬਾਈ ਜੀ ਨਾਲ ਸੰਪਰਕ ਕਰ ਲਿਓ ਰੇਟ ਵੀ ਦੱਸਤਾ ਤੇ ਨੰਬਰ ਵੀ ਬਾਈ ਜੀ ਨੇ ਦੱਸਤਾ ਧਨੌਲੇ ਦੇ ਕੋਲੇ ਜਵੰਦਾ ਪਿੰਡੀ ਉਹ ਹੈਗਾ ਤੇ ਆਹ ਨੰਬਰ ਆ ਬਾਈ ਦਾ ਠੀਕ ਹੈ ਜਸਵਿੰਦਰ ਸਿੰਘ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦੇ ਨੂੰ ਜੀ ਵੀਰੇ ਆਪਾਂ ਨੂੰ 22 23 ਸਾਲ ਹੋ ਗਏ 22 23 ਸਾਲ ਇੱਧਰ ਜੀ ਹਾਂਜੀ ਠੀਕ ਹੈ ਚੰਗਾ ਕੰਮ ਚੱਲਦਾ ਜੀ ਪੂਰਾ ਵਧੀਆ ਚੱਲਦਾ ਵੀਰੇ ਆਲ ਇੰਡੀਆ ਚੱਲਦੇ ਆਪਾਂ ਵੀ ਜਿੱਧਰ ਵੀ ਫੁੱਲ ਫਲੇਕਾ ਹੁੰਦਾ ਉਧਰ ਹੀ ਜਾਂਦੇ ਜਿਵੇਂ ਹੁਣ ਕਿ ਸਰੋਦਾਨੀ ਸੀਜ਼ਨ ਸਟਾਰਟ ਹੋ ਉਧਰ ਆਪਣਾ ਚੱਕੀ ਦਾਦਰੀ ਲਾਵਾਂਗੇ ਆਪਾਂ ਮੱਖੀ ਵੀਰੇ ਠੀਕ ਹੈ ਜੀ ਉੱਥੇ ਜਿੱਥੇ ਫੁੱਲ ਫਲਾਕਾ ਹੁੰਦਾ ਉੱਥੇ ਹੀ ਪਹੁੰਚਦੇ ਉੱਥੇ ਹੀ ਪਹੁੰਚਦੇ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਵੀਰੇ ਤੁਹਾਡੀ ਵੀਡੀਓ ਬਣਾਉਣ ਦਾ ਤੁਹਾਡਾ ਧੰਨਵਾਦ ਧੰਨਵਾਦ ਲਓ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੇ ਕਿਸੇ ਵੀ ਮੇਰੇ ਵੀਰ ਨੇ ਪ੍ਰੋਡਕਟ ਖਰੀਦਣੇ ਹੋਣ ਤਾਂ ਬਾਈ ਨਾਲ ਸੰਪਰਕ ਕਰ ਲਓ ਧੰਨਵਾਦ